चली खबर का होया असर। चोरां ने घर दे अंदरों चोरी किया बुलट मोटरसाइकिल किया मालक नूं वापस। देर रात चोर घर का गेट खड़का के गेट के सामने बुलट मोटरसाइकिल लगा के खुद भज्जे। मामला बीती 22 मई का है जदों बटाला के कस्बा कादियां विच तलविंदर सिंह अते जतिंदर पाल की कोठी के अंदरों चोर बहुत ही शातर तरीके नाल बुलट मोटरसाइकिल चोरी करके लै जाते हैं। यह चोरी कोठी विच लगे सीसीटीवी कैमरियां विच रिकॉर्ड हो जाती है। साडे चैनल ने यह सीसीटीवी फुटेज प्रमुखता नाल चलाई सी, जिसका असर हुंदा नजर आया कि बीती देर रात करीब 10 बजे चोर चोरी किए बुलट मोटरसाइकिल नूं खुद आप कोठी का गेट खड़का के गेट के सामने छड्ड के फरार हो गए। अते चोरी की घटना वांग ही यह घटना भी सीसीटीवी विच रिकॉर्ड हो गई। बुलट मोटरसाइकिल मालक जतिंदर पाल ने इस सारी घटना बारे दसदे हुए मीडिया का धन्यवाद करते हुए कहा कि मीडिया के वलों यह चोरी की घटना नूं प्रमुखता नाल दिखाउण दा असर है कि चोर आप खुद ही मोटरसाइकिल वापस कर गए। उन्होंने कहा कि वह चोरों के पिछे भी भज्जे सन, पर हनेरे का फायदा चुकते हुए चोर खेतों राही भज्जन विच सफल हो गए। रिपोर्ट जन कल्याण टीवी, पत्रकार जसविंदर बेदी, गुरदासपुर। 22-5 ਨੂੰ ਆਪਣਾ ਮੋਟਰਸਾਈਕਲ ਸਾਡੇ ਘਰ ਤੋਂ ਲੈ ਗਏ ਹਨ ਜਿਹੜਾ, ਅਤੇ ਉਹ ਅੱਜ ਮੀਡੀਆ ਦੇ ਦਬਾਅ ਕਾਰਨ ਆਪਣਾ ਉਹ ਕਾਫੀ ਲੋਕਾਂ ਨੇ ਦੇਖਿਆ ਉਹਨੂੰ, ਅਤੇ ਉਹਦੇ 'ਚ ਵਾਇਰਲ ਹੋਣ ਦੇ ਕਾਰਨ ਅੱਜ ਉਹ ਲੁਟੇਰੇ ਜਿਹੜੇ ਵੀ ਸਨ, ਜਿਹੜੇ ਵੀ ਹਨ, ਉਹ ਸਾਡੇ ਘਰ ਮੋਟਰਸਾਈਕਲ ਸਾਡਾ ਵਾਪਸ ਦੇ ਗਏ ਨੇ। ਕਿੰਨੇ ਕੁ ਵਜੇ ਲਾ ਕੇ ਗਏ ਨੇ ਮੋਟਰਸਾਈਕਲ ਤੁਹਾਡੇ ਘਰ? ਏਅਰਪੋਰਟ ਅਸੀਂ ਪੁਲਿਸ ਸਟੇਸ਼ਨ ਗਏ ਹਾਂ, SHO ਸਾਹਿਬ ਨੂੰ ਆਪਣਾ ਉਹਨਾਂ ਨੂੰ ਪੁੱਛਣ ਵੀ ਕੀ ਬਣਿਆ, ਅਤੇ ਉਹਦੇ ਦੌਰਾਨੀਆਂ ਹੀ ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ, ਸਾਢੇ 9:45 ਦੇ ਵਿੱਚ ਇਹਨਾਂ ਦਾ ਫੋਨ ਆਇਆ ਮੈਨੂੰ ਵੀ ਆਪਣਾ। ਅਸੀਂ ਜਦੋਂ ਘਰ ਪਹੁੰਚੇ ਹਾਂ ਤਾਂ ਮੇਰੇ ਬ੍ਰਦਰ ਜਾਂ ਸਾਰੇ ਮੁਹੱਲੇ ਵਾਲੇ ਇੱਥੇ ਉਹਨਾਂ ਦੇ ਮਗਰ ਪਿੱਛੇ ਲੱਗੇ ਹੋਏ ਅਤੇ ਉਹ ਪੈਲੀਆਂ ਵੱਲ ਨੂੰ ਭੱਜ ਗਏ ਨੇ, ਅਤੇ ਆਪਣਾ ਮੈਂ ਆਪਣਾ ਦੇਖਿਆ ਸੀ ਵੀ ਗਏ ਹਾਂ ਮਗਰ, ਪਰ ਉਹਨਾਂ ਦਾ ਪਤਾ ਨਹੀਂ ਲੱਗਾ ਵੀ ਕਿੱਧਰ ਭੱਜ ਗਏ ਨੇ। ਉਹਨਾਂ ਦੇ ਬੂਟ ਔਰ ਚੱਪਲਾਂ ਉਹ ਸਾਡੇ ਕੋਲ ਐਜ ਏ ਅਫੈਂਸ ਜੋ ਵੀ ਆਇਆ ਆਪਣਾ, ਜਿਸ ਤਰ੍ਹਾਂ ਵੀ ਪੁਲਿਸ ਕਹਿ ਗਿਆ ਉਹਨਾਂ ਨੂੰ ਪ੍ਰੋਵਾਈਡ ਕਰਾ ਦੇਵਾਂਗੇ, ਉਹ ਚੀਜ਼ਾਂ ਉਹਨਾਂ ਦੀਆਂ ਸਾਡੇ ਕੋਲ। ਅਤੇ ਅਸੀਂ ਇੱਕ ਵਾਰੀ ਫਿਰ ਬਹੁਤ ਧੰਨਵਾਦੀ ਹਾਂ ਮੀਡੀਆ ਦੇ ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ, ਅਤੇ ਸਾਡੀ ਆਪਣਾ ਜਿਸ ਤਰ੍ਹਾਂ ਵੀ ਹੈ ਵੀ ਆਪਣਾ ਫੜੀ ਗਈ ਹੈ, ਬਹੁਤ ਬਹੁਤ ਧੰਨਵਾਦੀ ਹਾਂ। ਨਾਲ ਅਸੀਂ ਇੱਕ ਗੱਲ ਹੋਰ ਵੀ ਮੰਗ ਕਰਦੇ ਹਾਂ ਵੀ ਜਿਹੜੇ ਵੀ ਇਹ ਬੰਦੇ ਨੇ ਜੋ ਵੀ ਸ਼ਰਾਰਤੀ ਅਨਸਰ ਨੇ, ਇਹਨਾਂ ਨੂੰ ਆਪਣਾ ਫੜਿਆ ਜਾਵੇ। ਜਿਹੜਾ ਵੀ ਹੋਰ ਵੀ ਕੋਈ ਨੇੜੇ ਇੱਥੇ ਉਹਨਾਂ ਦਾ ਨਾਲ ਦਾ ਕੋਈ ਉਹਨਾਂ ਨੂੰ ਕਿਉਂ ਦੇਣ ਵਾਲਾ ਭੇਤੀ ਬੰਦਾ, ਉਹਨੂੰ ਵੀ ਆਪਣਾ ਟਰੇਸ ਕੀਤਾ ਜਾਵੇ ਪ੍ਰਸ਼ਾਸਨ ਤੋਂ ਮੰਗ ਕਰ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।